ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਹਲਕਾ ਫਲੋਰ ਦੇ ਪਿੰਡ ਤੇਂਗ ਵਿਖੇ ਇੱਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਆਰੋਪੀਆਂ ਨੂੰ ਹੁਣ ਤੱਕ ਗ੍ਰਿਫਤਾਰ ਨਾ ਕਰਨ ਦੇ ਰੋਸ 'ਚ ਅੱਜ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਪੰਜਾਬ ਏਕਤਾ ਪਾਰਟੀ ਵੱਲੋਂ DSP ਫਲੋਰ ਦੇ ਦਫਤਰ ਅੱਗੇ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਨਾਬਾਲਗ ਲੜਕੀ ਨਾਲ 2 ਮਹੀਨੇ ਪਹਿਲਾਂ ਬਲਾਤਕਾਰ ਹੋਇਆ ਸੀ, ਜਿਸ ਦੇ ਤਹਿਤ ਪੁਲਿਸ ਵੱਲੋਂ ਆਰੋਪੀ ਅਮਰਜੀਤ ਅਤੇ ਰਵਨੀਤ ਦੇ ਖਿਲਾਫ਼ ਬਣ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ, ਪਰ ਅੱਜ 2 ਮਹੀਨਿਆਂ ਦੇ ਬਾਅਦ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਨਾਂ ਇਸ ਮਾਮਲੇ 'ਚ ਆਰੋਪੀਆਂ ਨੂੰ ਰਾਜਨੀਤਿਕ ਸ਼ੈਅ ਹੋਣ ਦੇ ਆਰੋਪ ਵੀ ਲਗਾਏ ਹਨ। ਮਾਮਲਾ ਜੀ, ਅੱਜ ਤੋਂ 2 ਮਹੀਨੇ ਪਹਿਲਾਂ ਮੇਰੀ ਨਾਬਾਲਗ ਲੜਕੀ ਸੀ 16 ਸਾਲ ਦੀ ਜੀ, ਅਤੇ ਉਹ ਪਿੰਡ ਦਾ ਹੀ ਆਪਣਾ ਅਮਰਜੀਤ ਅੰਬਾ ਅਤੇ ਉਹਦਾ ਬੇਟਾ ਰਵਨੀਤ ਜਿਹੜਾ ਜੀ, ਉਹ ਕੁੜੀ ਨੂੰ ਬਰਗਲਾ ਕਰਾ ਕੇ ਲੈ ਗਏ ਸੀਗੇ, ਅਤੇ ਉਹਦੇ ਸੰਬੰਧ ਵਿੱਚ ਪੁਲਿਸ ਵਾਲਿਆਂ ਨੇ 363-366 ਦਾ ਪਰਚਾ ਕਰ ਦਿੱਤਾ, ਜਦਕਿ ਕੁੜੀ ਦਾ ਮੈਡੀਕਲ ਨਹੀਂ ਕਰਵਾਇਆ। ਅੱਛਾ ਜੀ। ਫਿਰ ਉਸ ਤੋਂ ਬਾਅਦ ਅਸੀਂ ਕੁੜੀ ਦਾ ਮੈਡੀਕਲ ਬਾਅਦ 'ਚ ਜੱਜ ਸਾਹਿਬ ਨੇ ਕਿਹਾ ਮੈਡੀਕਲ ਕਰਵਾਉਣ ਦੀ ਇਹਨਾਂ ਨੇ ਆਗਿਆ ਦਿੱਤੀ, ਅਤੇ ਮੈਡੀਕਲ ਕਰਵਾਉਣ ਤੋਂ ਬਾਅਦ ਇਹਨਾਂ ਨੇ 76 ਲਾਈ ਹੈ ਜੀ ਜੀ। ਅਤੇ ਹੁਣ ਸਾਨੂੰ ਰੋਜ਼ ਅਸੀਂ ਗੇੜੇ ਮਾਰਦੇ ਹਾਂ, ਕਦੇ ਡੈਪਟੀ ਸਾਹਿਬ ਕਹਿ ਦਿੰਦੇ ਆ, ਅੱਜ ਫੜਦੇ ਹਾਂ ਕੱਲ੍ਹ ਫੜਦੇ ਹਾਂ ਬੰਦੇ, ਜੇ SHO ਸਾਹਿਬ ਕੋਈ ਆਉਂਦੇ ਉਹ ਵੀ ਇਹੀ ਗੱਲ ਕਹਿ ਦਿੰਦੇ ਆ। ਸਾਨੂੰ 2 ਮਹੀਨੇ ਹੋ ਗਏ ਜੀ ਇੱਦਾਂ, ਅਸੀਂ ਬੜੇ ਇਹਨਾਂ ਤੋਂ ਤੰਗ ਆਏ ਹੋਏ ਹਾਂ, ਅਤੇ ਇਹਦੇ ਸੰਬੰਧ ਵਿੱਚ ਅਸੀਂ ਤੰਗ ਆ ਕੇ ਅਸੀਂ ਜਿਹੜਾ ਜੀ ਇਹ ਰੋਡ ਜਾਮ ਕੀਤਾ ਜੀ। ਤੁਹਾਨੂੰ ਕੀ ਲੱਗਦਾ ਅਰੈਸਟ ਕਿਉਂ ਨਹੀਂ ਕਰ ਰਹੇ? ਅਰੈਸਟ ਇਸ ਕਰਕੇ ਨਹੀਂ ਕਰ ਰਹੇ ਜੀ, ਉਹ ਤਕੜਾ ਬੰਦਾ ਆ, ਗੱਲ ਕੀ ਆ, ਉਹ ਪੈਸੇ ਵਾਲਾ ਬੰਦਾ ਆ, ਅਤੇ ਇਹਨਾਂ ਨੇ ਵਿਕਰਮ ਚੌਧਰੀ ਆ ਜਿਹੜਾ ਇਹਦਾ ਮਗਰ ਹੱਥ ਆ, ਕਿਉਂਕਿ ਉਸ ਬੰਦੇ ਨੇ ਖੁਦ ਉਹਦੇ ਮੁੰਡੇ ਨੇ ਕਿਹਾ ਸੀ, ਕਹਿੰਦਾ ਵੀ ਨੀਟਿਆ ਪਰਚਾ ਤਾਂ ਅਸੀਂ ਵੀ ਨਹੀਂ ਹੋਣ ਦਿੰਦੇ, ਉਹਨੇ ਇੱਕ ਥਾਪੜ ਕੇ ਗੱਲ ਕਹੀ ਸੀ। ਤੁਹਾਨੂੰ 1 ਘੰਟੇ ਤੋਂ ਵੱਧ ਹੋ ਗਿਆ ਟਾਈਮ ਇੱਥੇ, ਕੋਈ ਪ੍ਰਸ਼ਾਸਨ ਅਧਿਕਾਰੀ ਤੁਹਾਨੂੰ ਮਿਲਣ ਆਇਆ ਕੋਈ? ਹਾਲੇ ਤੱਕ ਕੋਈ ਨਹੀਂ ਜੀ, ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਆਇਆ, ਕਿਸੇ ਨੇ ਹਾਲੇ ਤੱਕ ਸੁਣਵਾਈ ਨਹੀਂ ਸਾਡੀ ਹੋਈ। ਕੀ ਪ੍ਰਸ਼ਾਸਨ ਦੀ ਮੰਗ? ਪ੍ਰਸ਼ਾਸਨ ਨੂੰ ਇਹ ਮੰਗ ਆ ਜੀ, ਉਹ ਜਲਦ ਤੋਂ ਜਲਦ ਦੋਸ਼ੀ ਗ੍ਰਿਫਤਾਰ ਕੀਤੇ ਜਾਣ, ਜੇ ਉਹਨਾਂ ਨੇ ਦੋਸ਼ੀ ਨੂੰ ਨਾ ਗ੍ਰਿਫਤਾਰ ਕੀਤਾ ਅਸੀਂ ਕੋਈ ਹੋਰ ਵੀ ਵੱਡੇ ਪੱਧਰ ਦੇ ਕਦਮ ਚੱਕਾਂਗੇ, ਅਤੇ ਇਹਦੇ ਵਿੱਚ ਇਸ ਕਦਮ ਦਾ ਜ਼ਿੰਮੇਵਾਰ ਜੋ ਵੀ ਕੋਈ ਨੁਕਸਾਨ ਲਵਾ ਉਹ ਪ੍ਰਸ਼ਾਸਨ ਹੀ ਹੋਵੇਗਾ ਜੀ। ਇਸ ਮੌਕੇ ਪੰਜਾਬ ਏਕਤਾ ਪਾਰਟੀ ਦੇ ਤਰਲੋਕ ਸਿੰਘ ਵਿਰਕ ਨੇ ਦੱਸਿਆ ਕਿ ਉਹ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਤਾਂ ਉਹ ਪੁਲਿਸ ਵੱਲੋਂ ਦਿੱਤੇ ਭਰੋਸੇ ਕਾਰਨ ਧਰਨਾ ਸਮਾਪਤ ਕਰ ਰਹੇ ਹਨ, ਪਰ ਜੇਕਰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨਗੇ। ਇਹ ਤੇਂਗ ਦਾ ਮਸਲਾ ਹੈ ਜਿਹੜਾ ਕਿ ਲੜਕੀ ਦੇ ਨਾਲ ਬਲਾਤਕਾਰ ਹੋਇਆ ਸੀ, ਜਿਹਦੇ ਵਿੱਚ ਪਰਚਾ ਦਰਜ ਹੋਏ ਨੂੰ 2 ਮਹੀਨੇ ਹੋ ਚੁੱਕੇ ਆ, ਅਤੇ ਉਹਦੇ ਸੰਬੰਧ ਦੇ ਵਿੱਚ ਬੰਦੇ ਜਿਹੜੇ ਹੈਗੇ ਗ੍ਰਿਫਤਾਰ ਨਹੀਂ ਹੋ ਚੁੱਕੇ, ਹੋ ਰਹੇ, ਉਹ ਗ੍ਰਿਫਤਾਰ ਨਹੀਂ ਕਰ ਰਹੀ ਪੁਲਿਸ। ਉਹਦੇ ਸੰਬੰਧ ਦੇ ਵਿੱਚ ਧਰਨਾ ਸੀਗਾ ਕਿ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ, ਜਦਕਿ ਪਰਚੇ ਦੇ ਵਿੱਚ ਉਹਨਾਂ ਦਾ 22 ਨੇ ਪਰਚਾ ਆ, ਅਤੇ ਧਾਰਾ ਜਿਹੜੀ ਹੈਗੀ ਆ 376 ਦੇ ਪੋਸਟੋ ਲੱਗੀ ਹੋਈ ਆ, ਉਹ ਬੰਦੇ ਨਹੀਂ ਗ੍ਰਿਫਤਾਰ ਕਰ ਰਹੇ ਸੀ, ਇਸ ਕਰਕੇ ਧਰਨਾ ਲਾਇਆ ਸੀ। ਪਰ ਹੁਣ ਜਿਹੜਾ ਹੈਗਾ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਵਿਸ਼ਵਾਸ ਦਵਾਇਆ SP ਹੈੱਡਕੁਆਰਟਰ ਸਾਹਿਬ ਨੇ ਜਿਹੜਾ ਹੈਗਾ ਕਿ ਉਹਨਾਂ ਦੇ ਕੋਲ ਸ਼ਾਮ ਨੂੰ ਅਸੀਂ ਜਿਹੜਾ ਹੈਗਾ ਜਾ ਕੇ ਕੋਈ ਬਿਆਨ ਲਿਖਾਉਣੇ ਆ, ਅਤੇ ਉਹਦੇ ਵਿਸ਼ਵਾਸ ਦਵਾਉਣ 'ਤੇ ਅਸੀਂ ਧਰਨਾ ਚੱਕਿਆ ਹੈਗਾ, ਅਤੇ ਜੇਕਰ ਸਾਡਾ ਜਿਹੜਾ ਹੈਗਾ ਫਿਰ ਵੀ ਬੰਦੇ ਗ੍ਰਿਫਤਾਰ ਨਾ ਹੋਏ ਅਤੇ ਅਗਲਾ ਸਟੈਪ ਜਿਹੜਾ ਹੈਗਾ ਅਸੀਂ ਫਿਰ ਕੋਈ ਧਰਨੇ ਦਾ ਜਾਂ ਹੋਰ ਇਹੋ ਜਿਹਾ। ਉੱਧਰ ਧਰਨਾਕਾਰੀਆਂ ਨੂੰ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਨਾਇਬ ਤਹਿਸੀਲਦਾਰ ਜੋਗਿੰਦਰ ਪਾਲ, ਥਾਣਾ ਮੁਖੀ ਗੁਰਾਇਆ ਲਖਵੀਰ ਸਿੰਘ ਅਤੇ ਥਾਣਾ ਮੁਖੀ ਬਿਲਗਾ ਕੇਵਲ ਸਿੰਘ ਨੇ ਧਰਨਾ ਸਮਾਪਤ ਕਰਵਾਇਆ। ਪਿੰਡ ਤੇਂਗ ਦੇ ਵਿੱਚ ਥਾਣਾ ਫਲੋਰ ਦੇ ਵਿੱਚ ਮੁਕੱਦਮਾ ਦਰਜ ਹੋਇਆ 363-366 ਦਾ। ਉਹਦੇ ਵਿੱਚ SIT ਜਿਹੜੀ ਬਣੀ ਹੋਈ ਹੈ, ਜਿਹੜੀ SIT ਹੈ ਤਫਤੀਸ਼ ਕਰ ਰਹੀ ਹੈ, ਅਤੇ ਜੋ ਵੀ ਤਫਤੀਸ਼ ਦੇ ਸਾਹਮਣੇ ਦਰ ਥਾਣੇ ਉਹ ਸਾਬਤ ਕਰ ਰਹੀ ਕਿ ਉਸ ਸੰਬੰਧ ਦੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਅਮਰਜੀਤ ਸਿੰਘ ਅੰਬਾ ਅਤੇ ਉਹਦੇ ਲੜਕੀ ਨੂੰ ਗ੍ਰਿਫਤਾਰ ਕਰਨ ਲਈ ਵੀ ਧਰਨਾ ਲਗਾਇਆ ਸੀ DSP ਦਫਤਰ ਸਾਹਿਬ ਦੇ ਬਾਹਰ। ਉਹਨਾਂ ਨੂੰ ਬੁਲਾ ਕੇ ਜਿਹੜਾ ਭਰੋਸਾ ਦਿੱਤਾ ਗਿਆ ਅਤੇ ਜਿਹੜੀ ਸੀਟ ਜਲਦੀ ਹੀ ਤੁਹਾਨੂੰ ਇਨਸਾਫ਼ ਦੇਵੇਗੀ, ਅਤੇ ਇਸ ਭਰੋਸੇ ਉੱਤੇ ਵੀ ਆਪਣਾ ਜਿਹੜਾ ਧਰਨਾ ਚੁੱਕਿਆ। ਫਲੋਰ ਤੋਂ ਅਜੇ ਸਿੰਘ ਨਾਗੀ ਦੀ ਰਿਪੋਰਟ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।